ਵੀਰ ਕੈਨੇਡਾ ਦੇ ਵਿੱਚ ਰਹਿ ਕੇ ਨਾ ਲਾਡੇ ਨੇ ਇੱਕ ਤਜਰਬਾ ਜ਼ਰੂਰ ਹਾਸਲ ਕਰ ਲਿਆ ਵੀ ਜੇ ਕੈਨੇਡਾ ਦੇ ਵਿੱਚ ਥਾਨੇ ਆਉਣਾ ਜਿਹੜੇ ਨਵੇਂ ਬੰਦੇ ਕੈਨੇਡਾ ਆਉਣ ਨੂੰ ਤਿਆਰ ਖੜੇ, ਕਿਸੇ ਨੂੰ ਆਈਲੈਟਸ ਕਰਨ ਦੀ ਲੋੜ ਨਹੀਂ, ਕਿਸੇ ਨੂੰ ਉਹ ਪੜ੍ਹਾਈ ਪੜੂਈ ਕਰਨ ਦੀ ਲੋੜ ਨਹੀਂ, ਕਿਸੇ ਨੂੰ ਘਰ ਦਾ ਕੰਮ ਵੀ ਕਰਨ ਦੀ ਲੋੜ ਨਹੀਂ ਵੀਰ। ਔਰ ਮੇਰੀ ਬੇਸਮੈਂਟ ਮੈਂ 25 ਲੱਖ ਲਾ ਕੇ ਆਇਆ ਛੋਕਰਾ, 4 ਮਹੀਨੇ ਹੋ ਗਏ ਵਿਹਲਾ ਬੈਠਿਆ। ਔਰ ਮੇਰੀ ਬੇਸਮੈਂਟ ਦੇ ਵਿੱਚ ਮੈਂ ਉਹ ਇੱਕ ਮਤਲਬ ਬਿਸਟਰ ਆਇਆ ਵੀਰ, ਮੈਂ 2 ਟਾਈਮ ਕੰਮ ਕਰ ਰਿਹਾ ਦੱਸ। ਫਿਰ ਮੈਂ ਸਾਰਾ ਹਿਸਾਬ ਲਾ ਕੇ ਦੇਖਿਆ ਵੀਰ, ਇਹ ਜਿਹੜਾ 25 ਲੱਖ ਲਾ ਕੇ ਆਇਆ ਵੀਰ, ਯੋ ਇਮਾਨਦਾਰ ਲਕੀਰ ਕਾ ਫਕੀਰ ਨਹੀਂ ਸਰ, ਯੋ ਗਲਤ ਹੋਵਾ ਯੋ ਠੀਕ ਹੋਵਾ। ਇਸ ਕਰਕੇ 4 ਮਹੀਨੇ ਦੇ ਘਰਾਂ ਬੈਠਿਆ। ਔਰ ਜਿਹੜਾ ਬਿਸਟਰ ਤਾ ਭਾਅ ਚਮਚਾਗਿਰੀ ਕਰ ਰਿਹਾ ਰੱਜ ਕਾ ਮਾਲਕ ਹੀ, ਸਰ ਐਸੇ ਨਹੀਂ ਐਸੇ ਹੁੰਦਾ। ਹਾਂਜੀ ਹਾਂਜੀ ਭਾਅ ਜੀ ਕਰ ਦਿੰਦੇ ਹਾਂ ਜੀ, ਆਟਾ ਵਧੀਆ ਗੱਲ ਜੀ। ਚੁਗਲੀ ਵਾਲੇ ਨੂੰ ਕੰਮ, ਇਮਾਨਦਾਰ ਨੂੰ ਕੋਈ ਕੰਮ ਨਹੀਂ ਕੈਨੇਡਾ ਵਿੱਚ ਵੀਰ। ਇਮਾਨਦਾਰੀ ਨੂੰ ਇਕੱਠੀ ਕਰਾ ਝੋਲੇ ਮੈਂ ਪਾ ਕੇ ਰੱਖ ਲਿਓ, ਨਹੀਂ ਵੀਰ ਵਿਹਲੇ ਫਿਰੇਂਗੇ ਫਿਰ ਮੈਨੂੰ ਨਾ ਕਿਹੋ ਬਾਅਦ। ਮੈਂ ਲਾਡੇ ਨੇ ਦੱਸਿਆ ਨਹੀਂ ਵੀਰ, ਪੰਜਾਬ ਦੇ ਵਿੱਚ ਮੈਂ ਵੀਰ ਆਈਲੈਟ ਸੈਂਟਰ ਬੰਦ ਹੋਊਗਾ, ਚੁਗਲੀ ਸੈਂਟਰ ਖੁੱਲ੍ਹ ਰਹੇ ਵੀਰ। ਫਿਰ ਕੈਨੇਡਾ ਦੇ ਵਿੱਚ ਰਹਿ ਕੇ ਨਾ ਲਾਡੇ ਨੇ ਇੱਕ ਤਜਰਬਾ ਜ਼ਰੂਰ ਹਾਸਲ ਕਰ ਲਿਆ ਵੀ ਜੇ ਕੈਨੇਡਾ ਦੇ ਵਿੱਚ ਥਾਨੇ ਆਉਣਾ ਜਿਹੜੇ ਨਵੇਂ ਬੰਦੇ ਕੈਨੇਡਾ ਆਉਣ ਨੂੰ ਤਿਆਰ ਖੜੇ, ਕਿਸੇ ਨੂੰ ਆਈਲੈਟਸ ਕਰਨ ਦੀ ਲੋੜ ਨਹੀਂ, ਕਿਸੇ ਨੂੰ ਉਹ ਪੜ੍ਹਾਈ ਪੜੂਈ ਕਰਨ ਦੀ ਲੋੜ ਨਹੀਂ, ਕਿਸੇ ਨੂੰ ਘਰ ਦਾ ਕੰਮ ਵੀ ਕਰਨ ਦੀ ਲੋੜ ਨਹੀਂ ਵੀਰ। ਔਰ ਮੇਰੀ ਬੇਸਮੈਂਟ ਮੈਂ 25 ਲੱਖ ਲਾ ਕੇ ਆਇਆ ਛੋਕਰਾ, 4 ਮਹੀਨੇ ਹੋ ਗਏ ਵਿਹਲਾ ਬੈਠਿਆ। ਔਰ ਮੇਰੀ ਬੇਸਮੈਂਟ ਦੇ ਵਿੱਚ ਮੈਂ ਉਹ ਇੱਕ ਮਤਲਬ ਬਿਸਟਰ ਆਇਆ ਵੀਰ, ਮੈਂ 2 ਟਾਈਮ ਕੰਮ ਕਰ ਰਿਹਾ ਦੱਸ। ਫਿਰ ਮੈਂ ਸਾਰਾ ਹਿਸਾਬ ਲਾ ਕੇ ਦੇਖਿਆ ਵੀਰ, ਇਹ ਜਿਹੜਾ 25 ਲੱਖ ਲਾ ਕੇ ਆਇਆ ਵੀਰ, ਯੋ ਇਮਾਨਦਾਰ ਲਕੀਰ ਕਾ ਫਕੀਰ ਨਹੀਂ ਸਰ, ਯੋ ਗਲਤ ਹੋਵਾ ਯੋ ਠੀਕ ਹੋਵਾ। ਇਸ ਕਰਕੇ 4 ਮਹੀਨੇ ਦੇ ਘਰਾਂ ਬੈਠਿਆ। ਔਰ ਜਿਹੜਾ ਬਿਸਟਰ ਤਾ ਭਾਅ ਚਮਚਾਗਿਰੀ ਕਰ ਰਿਹਾ ਰੱਜ ਕਾ ਮਾਲਕ ਹੀ, ਸਰ ਐਸੇ ਨਹੀਂ ਐਸੇ ਹੁੰਦਾ। ਹਾਂਜੀ ਹਾਂਜੀ ਭਾਅ ਜੀ ਕਰ ਦਿੰਦੇ ਹਾਂ ਜੀ, ਆਟਾ ਵਧੀਆ ਗੱਲ ਜੀ। ਚੁਗਲੀ ਵਾਲੇ ਨੂੰ ਕੰਮ, ਇਮਾਨਦਾਰ ਨੂੰ ਕੋਈ ਕੰਮ ਨਹੀਂ ਕੈਨੇਡਾ ਵਿੱਚ ਵੀਰ। ਇਮਾਨਦਾਰੀ ਨੂੰ ਇਕੱਠੀ ਕਰਾ ਝੋਲੇ ਮੈਂ ਪਾ ਕੇ ਰੱਖ ਲਿਓ, ਨਹੀਂ ਵੀਰ ਵਿਹਲੇ ਫਿਰੇਂਗੇ ਫਿਰ ਮੈਨੂੰ ਨਾ ਕਿਹੋ ਬਾਅਦ। ਮੈਂ ਲਾਡੇ ਨੇ ਦੱਸਿਆ ਨਹੀਂ ਵੀਰ, ਪੰਜਾਬ ਦੇ ਵਿੱਚ ਮੈਂ ਵੀਰ ਆਈਲੈਟ ਸੈਂਟਰ ਬੰਦ ਹੋਊਗਾ, ਚੁਗਲੀ ਸੈਂਟਰ ਖੁੱਲ੍ਹ ਰਹੇ ਵੀਰ।